ਅੰਬਾਂ ਦੇ ਸਮੂਹ ਨੂੰ ਦੇਖੋ ਅਤੇ ਕਿਹੜੀ ਅੰਕ ਗਣਿਤਕ ਕਿਰਿਆ ਅੰਬਾਂ ਦੇ ਸਮੂਹ ਨੂੰ ਦਰਸਾਉਂਦੀ ਹੈ। ਅੰਬਾਂ ਦੇ 3 ਸਮੂਹ ਦਿਖਾਏ ਗਏ ਹਨ ਅਤੇ 1 ਸਮੂਹ ਵਿੱਚ ਅੰਬਾਂ ਦੀ ਗਿਣਤੀ 5 ਹੈ। ਇਸ ਲਈ ਗਣਿਤਕ ਕਿਰਿਆ 3×5 ਇਸ ਨੂੰ ਦਰਸਾਉਂਦੀ ਹੈ ਅਤੇ ਆਪਸ਼ਨ ਨੰਬਰ 2 ਇਸ ਸਵਾਲ ਦਾ ਸਹੀ ਜਵਾਬ ਹੈ। ਵੰਸ਼ਦੀਪ ਰੋਜ਼ ਰਾਤ ਨੂੰ ਭੋਜਨ ਵਿੱਚ 2 ਰੋਟੀਆਂ ਖਾਂਦਾ ਹੈ, ਉਹ ਹਫ਼ਤੇ ਵਿੱਚ ਰਾਤ ਨੂੰ ਕਿੰਨੀਆਂ ਰੋਟੀਆਂ ਖਾਂਦਾ ਹੈ? ਵੰਸ਼ਦੀਪ ਰਾਤ ਨੂੰ ਭੋਜਨ ਵਿੱਚ 2 ਰੋਟੀਆਂ ਖਾਂਦਾ ਹੈ। 1 ਹਫ਼ਤੇ ਵਿੱਚ 7 ਦਿਨ ਹੁੰਦੇ ਹਨ, ਇਸ ਲਈ 1 ਹਫ਼ਤੇ ਵਿੱਚ ਵੰਸ਼ਦੀਪ ਰਾਤ ਨੂੰ 2×7=14 ਰੋਟੀਆਂ ਖਾਵੇਗਾ ਅਤੇ ਆਪਸ਼ਨ ਨੰਬਰ 3 ਇਸ ਸਵਾਲ ਦਾ ਸਹੀ ਜਵਾਬ ਹੈ। ਸੇਬ ਦਾ 1/4 ਭਾਗ ਕਿਹੜਾ ਹੈ? ਤਸਵੀਰ ਵਿੱਚ ਇੱਕ ਸੇਬ ਦਿਖਾਇਆ ਗਿਆ ਹੈ ਅਤੇ ਆਪਸ਼ਨ ਵਿੱਚ ਉਸ ਦੇ ਵੱਖ-ਵੱਖ ਭਾਗ ਦਿਖਾਏ ਗਏ ਹਨ। ਆਪਸ਼ਨ ਨੰਬਰ 1 ਸੇਬ ਦੇ ਅੱਧੇ ਭਾਗ ਨੂੰ ਦਿਖਾ ਰਹੀ ਹੈ। ਆਪਸ਼ਨ ਨੰਬਰ 2 ਵਿੱਚ ਪੂਰਾ ਸੇਬ ਦਿਖਾਇਆ ਗਿਆ ਹੈ। ਆਪਸ਼ਨ ਨੰਬਰ 3 ਵਿੱਚ ਸੇਬ ਦੇ 3/3 ਭਾਗ ਨੂੰ ਦਿਖਾਇਆ ਗਿਆ ਹੈ ਅਤੇ ਆਪਸ਼ਨ ਨੰਬਰ 4 ਵਿੱਚ ਸੇਬ ਦੇ 1/4 ਭਾਗ ਨੂੰ ਦਿਖਾਇਆ ਗਿਆ ਹੈ। ਇਸ ਲਈ ਆਪਸ਼ਨ ਨੰਬਰ 4 ਇਸ ਸਵਾਲ ਦਾ ਸਹੀ ਜਵਾਬ ਹੈ। ਚਿੱਤਰ ਵਿੱਚ ਰੰਗਦਾਰ ਹਿੱਸਾ ਕਿਹੜੀ ਭਿੰਨ ਦਰਸਾਉਂਦਾ ਹੈ? 4 ਖਾਨਿਆਂ ਵਿੱਚੋਂ 3 ਖਾਨਿਆਂ ਨੂੰ ਰੰਗ ਕੀਤਾ ਗਿਆ ਹੈ, ਇਸ ਲਈ ਰੰਗਦਾਰ ਹਿੱਸਾ 3/4 ਭਿੰਨ ਨੂੰ ਦਰਸਾਉਂਦਾ ਹੈ ਅਤੇ ਆਪਸ਼ਨ ਨੰਬਰ 4 ਇਸ ਸਵਾਲ ਦਾ ਸਹੀ ਜਵਾਬ ਹੈ।